ਉੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉਸ ਦਿਨ ਸਿਰਾਂ ਤੇ ਦਸਤਾਰਾਂ ਸਜਾ ਕੇ ਆਉਣ ਤਾਂ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇੱਕ ਵੱਖਰੀ ਜਿਹੜੀ ਸ਼ਰਧਾਂਜਲੀ ਅਰਪਿਤ ਕੀਤੀ ਜਾਵੇ। ਸਾਡੀ ਨੌਜਵਾਨੀ ਤੇ ਤੁਹਾਡੇ ਮਨਾਂ ਦੇ ਵਿੱਚ ਜੇ ਵੀਰ ਦਾ ਪਿਆਰ ਤੁਹਾਨੂੰ ਸੱਚੀ ਸਰਦਾਰੀ ਦੇਣੀ ਚਾਹੁੰਦੇ ਹੋ ਤਾਂ ਭੋਗ ਵਾਲੇ ਦਿਨ ਸਿਰਾਂ ਤੇ ਦਸਤਾਰ ਸਜਾ ਕੇ ਆਓ। ਸਿੱਧੂ ਸਾਹਿਬ ਜੀ ਦੇ ਪਿਤਾ ਨੇ ਸਾਨੂੰ ਕਿਹਾ ਕਿ ਤੁਸੀਂ ਵੀ ਆਪਣੀ ਸੰਸਥਾ ਦੇ ਵੱਲੋਂ ਇੱਥੇ ਇੱਕ ਦਸਤਾਰ ਸਿਖਲਾਈ ਜਾਂ ਦਸਤਾਰਾਂ ਬੰਨਣ ਦਾ ਕੋਈ ਪ੍ਰਬੰਧ ਕਰੋ। ਜਿੰਨੇ ਵੀ ਉਹਨਾਂ ਨੇ ਪ੍ਰੋਗਰਾਮ ਕੀਤੇ ਨੇ ਕੋਈ ਵੀ ਬਿਨਾਂ ਦਸਤਾਰ ਤੋਂ ਨਹੀਂ ਹੈ। ਔਰ ਉਹ ਹਮੇਸ਼ਾ ਇਹ ਸੁਨੇਹਾ ਵੀ ਦਿੰਦੇ ਸੀ ਕਿ ਦਸਤਾਰ ਸਿਰ 'ਤੇ ਵੀ ਰੱਖੋ ਅਤੇ ਦਿਲ ਦੇ ਵਿੱਚ ਵੀ ਰੱਖੋ। ਉਹ ਪੱਗ ਨੂੰ ਦਸਤਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਇਸ ਸਾਡੇ ਕੰਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਉਹ ਸਾਂਝ ਪਾਉਣਾ ਚਾਹੁੰਦੇ ਆ ਤਾਂ ਆਪਣੇ ਵੱਲੋਂ ਦਸਤਾਰਾਂ ਉੱਥੇ ਸਾਨੂੰ ਮੌਕੇ ਦੇ ਮੌਕੇ 'ਤੇ ਵੀ ਲਿਆ ਕੇ ਦੇ ਸਕਦੇ ਜਾਂ ਇੱਕ ਦਿਨ ਪਹਿਲਾਂ ਸਾਡੇ ਕੋਲ ਜਾਂ ਪਰਿਵਾਰ ਕੋਲ ਵੀ ਪਹੁੰਚਦੀਆਂ ਕਰ ਸਕਦੇ ਆ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ 8 ਜੂਨ ਨੂੰ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਅੰਤਿਮ ਅਰਦਾਸ ਹੋਣੀ ਹੈ ਅਤੇ ਇਸ ਅੰਤਿਮ ਅਰਦਾਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਅਤੇ ਪੰਜਾਬ ਦੇ ਵਿੱਚੋਂ ਉਹਨਾਂ ਦੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਪ੍ਰਸ਼ੰਸਕ ਪਹੁੰਚਣਗੇ। ਉੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉਸ ਦਿਨ ਸਿਰਾਂ 'ਤੇ ਦਸਤਾਰਾਂ ਸਜਾ ਕੇ ਆਉਣ ਤਾਂ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇੱਕ ਵੱਖਰੀ ਜਿਹੜੀ ਸ਼ਰਧਾਂਜਲੀ ਅਰਪਿਤ ਕੀਤੀ ਜਾਵੇ। ਦਸਤਾਰ ਕਲੱਬ ਆ ਜਿਹੜਾ ਉਹਨਾਂ ਵੱਲੋਂ ਇੱਕ ਸਰਦਾਰੀਆਂ ਕਲੱਬ ਹੈ, ਉਹਨਾਂ ਵੱਲੋਂ ਉਸ ਦਿਨ ਦਸਤਾਰ ਕੈਂਪ ਲਗਾਇਆ ਜਾਣਾ ਗਾ, ਨੌਜਵਾਨਾਂ ਦੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਜਾਣੀਆਂ ਨੇ। ਕਿਸ ਤਰ੍ਹਾਂ ਕੀ ਕਹਿਣਗੇ ਉਹ? ਸਰ, ਤੁਸੀਂ ਸ਼ੁਭਦੀਪ ਦੇ ਪਿਤਾ ਜੀ ਨੂੰ ਮਿਲੇ ਹੋ, ਕੀ ਅਪੀਲ ਕੀਤੀ ਹੈ ਉਹਨਾਂ ਨੇ, ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਇਹ ਗੱਲ ਕਹਿਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਰਾਜ ਸਿੰਘ ਢੱਡਰੀਆਂ, ਸਰਦਾਰੀਆਂ ਟਰੱਸਟ ਪੰਜਾਬ ਤੋਂ। ਅਸੀਂ ਅੱਜ ਸਰਦਾਰ ਸ਼ੁਭਦੀਪ ਸਿੰਘ ਜੀ ਸਿੱਧੂ ਮੂਸੇਵਾਲਾ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਸੀ। ਉਹਨਾਂ ਦੇ ਨਾਲ ਕਾਫੀ ਵਿਚਾਰਾਂ ਹੋਈਆਂ। ਸੋ ਪਰਿਵਾਰ ਨੇ, ਸਿੱਧੂ ਸਾਹਿਬ ਜੀ ਦੇ ਪਿਤਾ ਨੇ ਸਾਨੂੰ ਕਿਹਾ ਕਿ ਤੁਸੀਂ ਵੀ ਆਪਣੀ ਸੰਸਥਾ ਦੇ ਵੱਲੋਂ ਇੱਥੇ ਇੱਕ ਦਸਤਾਰ ਸਿਖਲਾਈ ਜਾਂ ਦਸਤਾਰਾਂ ਬੰਨਣ ਦਾ ਕੋਈ ਪ੍ਰਬੰਧ ਕਰੋ। ਤਾਂ ਅਸੀਂ ਵੀ ਦਿਲੋਂ ਚਾਹੁੰਦੇ ਸੀ, ਕਿਉਂਕਿ ਆਪਾਂ ਦੇਖਿਆ ਹੀ ਆ ਕਿ ਉਹਨਾਂ ਦੀਆਂ ਜਿੰਨੀਆਂ ਵੀ ਹੁਣ ਤੱਕ ਵੀਡੀਓਜ਼ ਆਈਆਂ ਨੇ, ਜਿੰਨੇ ਵੀ ਉਹਨਾਂ ਨੇ ਪ੍ਰੋਗਰਾਮ ਕੀਤੇ ਨੇ, ਕੋਈ ਵੀ ਬਿਨਾਂ ਦਸਤਾਰ ਤੋਂ ਨਹੀਂ ਹੈ। ਔਰ ਉਹ ਹਮੇਸ਼ਾ ਇਹ ਸੁਨੇਹਾ ਵੀ ਦਿੰਦੇ ਸੀ ਕਿ ਦਸਤਾਰ ਸਿਰ 'ਤੇ ਵੀ ਰੱਖੋ ਅਤੇ ਦਿਲ ਦੇ ਵਿੱਚ ਵੀ ਰੱਖੋ। ਉਹ ਪੱਗ ਨੂੰ, ਦਸਤਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਔਰ ਜਿਹੜੀ ਉਹਨਾਂ ਦੀ ਫੈਨ ਫੋਲੋਇੰਗਸ ਹੈ, ਜਿਹੜੇ ਸਾਡੇ ਭਰਾ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆ ਰਹੇ ਨੇ, ਅਸੀਂ ਵੀ ਪਰਿਵਾਰ ਵੱਲੋਂ ਵੀ ਅਤੇ ਸਾਡੀ ਸੰਸਥਾ ਸਰਦਾਰੀਆਂ ਟਰੱਸਟ ਪੰਜਾਬ ਦੇ ਵੱਲੋਂ ਵੀ ਉਹਨਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਜੇਕਰ ਆਪਾਂ ਨੂੰ ਉਹਨੂੰ ਸੱਚੇ ਦਿਲੋਂ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਤਾਂ ਪਲੀਜ਼ ਕਿਰਪਾ ਕਰਕੇ ਤੁਸੀਂ ਸਾਰੇ ਦਸਤਾਰਾਂ ਸਜਾ ਕੇ ਆਓ। ਔਰ ਜਿਹੜੇ ਭਰਾ ਦਸਤਾਰਾਂ ਨਹੀਂ ਸਜਾ ਕੇ ਆਉਣਗੇ ਉਹਨਾਂ ਨੂੰ ਸਰਦਾਰੀਆਂ ਟਰੱਸਟ ਪੰਜਾਬ ਦੇ ਵੱਲੋਂ ਉੱਥੇ ਮੌਕੇ 'ਤੇ ਵੀ ਦਸਤਾਰਾਂ ਸਜਾਈਆਂ ਜਾਣਗੀਆਂ। ਸਰਦਾਰੀਆਂ ਟਰੱਸਟ ਪੰਜਾਬ ਵੱਲੋਂ ਜਿਹੜੀਆਂ ਦਸਤਾਰਾਂ ਨੌਜਵਾਨਾਂ ਨੂੰ ਸਜਾਈਆਂ ਜਾਣਗੀਆਂ, ਕਿੰਨੀਆਂ ਕੁ ਦਸਤਾਰਾਂ ਤੁਸੀਂ ਲੈ ਕੇ ਆਓਗੇ ਤਾਂ ਕਿ ਜਿਹੜੇ ਨੌਜਵਾਨ ਕੋਈ ਦਸਤਾਰ ਤੋਂ ਵਾਂਝਾ ਨਾ ਰਹੇ? ਸਾਡੇ ਵੱਲੋਂ ਜਿੰਨੀ ਐਫਰਟਸ ਹੋ ਰਹੇ, ਅਸੀਂ ਮੈਕਸੀਮਮ ਦਸਤਾਰਾਂ ਲੈ ਕੇ ਆਵਾਂਗੇ, ਕੋਸ਼ਿਸ਼ ਕਰਾਂਗੇ ਕਿ ਸਭ ਨੂੰ ਪੂਰੀਆਂ ਆ ਜਾਣ। ਬਾਕੀ ਹੋਰ ਸੰਸਥਾਵਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਉਹ ਇਸ ਸਾਡੇ ਕੰਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਉਹ ਸਾਂਝ ਪਾਉਣਾ ਚਾਹੁੰਦੇ ਆ ਤਾਂ ਆਪਣੇ ਵੱਲੋਂ ਦਸਤਾਰਾਂ ਉੱਥੇ ਸਾਨੂੰ ਮੌਕੇ ਦੇ ਮੌਕੇ 'ਤੇ ਵੀ ਲਿਆ ਕੇ ਦੇ ਸਕਦੇ ਜਾਂ ਇੱਕ ਦਿਨ ਪਹਿਲਾਂ ਸਾਡੇ ਕੋਲ ਜਾਂ ਪਰਿਵਾਰ ਕੋਲ ਵੀ ਪਹੁੰਚਦੀਆਂ ਕਰ ਸਕਦੇ ਆ। ਸਥਾਨ ਆਪਾਂ ਤੈਅ ਕਰ ਲਿਆ ਗਿਆ, ਅਨਾਜ ਮੰਡੀ ਦੇ ਵਿੱਚ ਹੀ ਜਿਹੜਾ ਤੁਸੀਂ ਕੈਂਪ ਲਾਉਣਾ ਜਾਂ ਕਿਤੇ ਬਾਹਰ ਕਿਤੇ ਸਾਈਡ 'ਤੇ ਲਾਉਣਾ ਤਾਂ ਕਿ ਜਿਹੜੇ ਬਾਹਰ ਤੋਂ ਨੌਜਵਾਨ ਆਉਣਗੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਤਾਂ ਬਾਹਰ ਤੋਂ ਹੀ ਉਹ ਦਸਤਾਰਾਂ 'ਚ ਜਾ ਕੇ ਆਉਣਾ? ਨਹੀਂ, ਉਹ ਸਾਰਾ ਸਥਾਨ ਜਿਹੜਾ ਜਿਹੜੇ ਇਹਨਾਂ ਦੀ ਮੈਨੇਜਮੈਂਟ ਹੈ, ਜਿਨ੍ਹਾਂ ਨੇ ਟੈਂਟ ਵਗੈਰਾ ਦਾ ਸਾਰਾ ਅਰੇਂਜਮੈਂਟ ਕਿੰਨਾ, ਉਹਨਾਂ ਨਾਲ ਸਾਡੀ ਹੁਣੀ ਮੀਟਿੰਗ ਹੋਈ ਹੈ। ਉਹਨਾਂ ਨੇ ਸਾਨੂੰ ਦੋ ਲੋਕੇਸ਼ਨਾਂ ਦਿੱਤੀਆਂ ਨੇ, ਇੱਕ ਜਿਹੜੀ VIP ਐਂਟਰੀ ਹੈਗੀ ਆ ਉੱਥੇ ਵੀ ਇੱਕ ਟੈਂਟ ਲੱਗਿਆ ਹੋਊਗਾ, ਉੱਥੇ ਵੀ ਸਰਦਾਰੀਆਂ ਟਰੱਸਟ ਦੇ ਕੋਚ ਬੈਠੇ ਹੋਣਗੇ ਦਸਤਾਰਾਂ ਲੈ ਕੇ। VIPs ਨੂੰ ਉਸ ਏਰੀਏ ਦੇ ਵਿੱਚ ਦਸਤਾਰਾਂ ਸਜਾਈਆਂ ਜਾਣਗੀਆਂ। ਇੱਕ ਜਿਹੜੀ ਮੇਨ ਪਬਲਿਕ ਵਾਸਤੇ ਐਂਟਰੀ ਹੈ ਉੱਥੇ ਵੀ ਇੱਕ ਟੈਂਟ ਲੱਗਿਆ ਹੋਊਗਾ, ਉੱਥੇ ਵੀ ਸਰਦਾਰੀਆਂ ਟਰੱਸਟ ਪੰਜਾਬ ਦੇ ਕੋਚ ਹੋਣਗੇ। ਔਰ ਉੱਥੋਂ ਵਾਲੀ ਜਿਹੜੀ ਪਬਲਿਕ ਉੱਧਰ ਦੀ ਆਊਗੀ ਉਹਨਾਂ ਨੂੰ ਵੀ ਦਸਤਾਰਾਂ ਸਜਾਈਆਂ ਜਾਣਗੀਆਂ। ਵੱਡੀ ਤਾਦਾਦ ਦੇ ਵਿੱਚ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਨੇ ਪਹੁੰਚਣਾ ਗਾ ਅੰਤਿਮ ਅਰਦਾਸ 'ਤੇ। ਹੋਰ ਵੀ ਜਿਹੜੇ ਰਾਜਨੀਤਿਕ ਪਾਰਟੀਆਂ ਹੋਣ, ਸਿਆਸੀ, ਸਮਾਜਿਕ, ਧਾਰਮਿਕ, ਤਾਂ ਉਹਨਾਂ ਦੀ ਜਿਹੜੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਾ। ਤੁਹਾਡੇ ਜਿਹੜੇ ਟਰੱਸਟ ਵੱਲੋਂ ਕਿੰਨੇ ਕੁ ਨੌਜਵਾਨ ਉੱਥੇ ਦਸਤਾਰਾਂ ਸਜਾਉਣ ਦੇ ਲਈ ਤਿਆਰ ਰਹਿਣਗੇ? ਅਸੀਂ ਤਾਂ ਵੱਧ ਬੇਨਤੀ ਕੀਤੀ ਸੀ, ਪਰ ਸਾਨੂੰ 60 ਤੋਂ 70 ਬੰਦਿਆਂ ਵਾਸਤੇ ਕਿਹਾ ਗਿਆ ਕਿ ਬਾਕੀ ਪੰਡਾਲ 'ਚ ਬੈਠਣਗੇ। ਸਾਡੇ ਕੋਲ ਤਕਰੀਬਨ 150 ਤੋਂ ਪਲੱਸ ਕੋਚ ਆ ਜਿਨ੍ਹਾਂ ਨੇ ਆਉਣਾ। 60-70 ਜਿੰਨੇ ਵੀ ਹੋਣਗੇ ਉੱਥੇ ਦਸਤਾਰਾਂ ਸਜਾਉਣ ਵਾਸਤੇ ਰਹਿਣਗੇ, ਬਾਕੀ ਲੋੜ ਮੁਤਾਬਕ ਹੋਰ ਵੀ ਵੱਧ ਜਾਣਗੇ ਅਤੇ ਬਾਕੀ ਸਾਰੇ ਪੰਡਾਲ ਦੇ ਵਿੱਚ ਬੈਠਣਗੇ। ਸ਼ੁਭਦੀਪ ਸਿੰਘ ਸਿੱਧੂ
दस्तार नू जिहड़ा विदेशां तक लैके गया। अज शुभदीप सिंह सिद्धू दे चले जाण दे नाल जिहड़े गोरे होण काले होण जिहड़े सिंगर ने वख-वख देशां दे उह अथरू बहा रहे ने इस जिहड़ी घटना नू मंदभागी दस रहे ने। अज भी उह सिद्धू मूसे वाले नू थापियां मार के श्रद्धांजलि दिंदे ने कि उह सिर ते दस्तार सजाउंदा सी तां इस तरह थापियां मार। बिल्कुल एक विलखणता सी। देखो उन्होंने जिने भी गीत ने उन्होंने उन्होंने कोई बहुती ज्यादा लचरता जां इस तरह दी गल्लां नहीं कीतियां। और सब तो वड्डी गल जिहड़ी सानू चंगी लगती है क्योंकि साडा खेतर है दस्तार दा, हरेक नू अपना खेतर प्यारा लगदा, तां असी तां इस गल तों कहल सीगे कि बंदा एड्डी वड्डी बुलंदी ते पहुंच गया पर उहने दस्तार नू छड्डिया नहीं हैगा। नहीं तां आपां देखदे हां वड्डे वड्डे सिंगर जिहड़े पहलां दस्तारां सजाउंदे सी जदों थोड़ी जी प्रभुता चाहे फिल्मां वगैरह करन लगे तां उहनां ने भी केस कटवा दित्ते। ਤੁਸੀਂ ਦੇਖਿਆ ਹੋਣਾ ਕਿ ਜਿਸ ਦਿਨ ਲਾਸਟ ਦਿਨ ਉਹਨਾਂ ਦਾ ਜੋ ਹੋਇਆ ਮਰਡਰ ਹੋਇਆ ਉਸ ਦਿਨ ਵੀ ਜਦੋਂ ਉਹਨਾਂ ਦੀ ਦਸਤਾਰ ਖੁੱਲ੍ਹੀ ਹੈ ਤਾਂ ਇੰਨਾ ਵੱਡਾ ਜੂੜਾ ਉਹਨਾਂ ਦੇ ਸਿਰ 'ਤੇ ਸੀਗਾ। ਉਹ ਦੇਖ ਕੇ ਦਿਲ 'ਚੋਂ ਭੁੱਬਾਂ ਨਿਕਲਦੀਆਂ ਸੀ ਕਿ ਐਡਾ ਇੱਕ 6 ਫੁੱਟ ਦਾ ਗੱਭਰੂ ਜਿਹਨੇ ਕੇਸਾਂ ਨੂੰ ਸੰਭਾਲਿਆ ਅਤੇ ਐਡੀ ਵੱਡੀ ਉਹਦੀ ਪ੍ਰਭਤਾ ਸੀ ਅਤੇ ਇਹ ਕਹਾਣੀ ਹੋਈ। ਸੋ ਸ਼ੁਭਦੀਪ ਦੱਸਦਾ ਸੀ ਆਪਣੇ ਅਕਸਰ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਗੱਲਾਂ ਕਰਦਾ ਸੀ ਕਿ ਉਹਨਾਂ ਦੀ ਦਾਦੀ ਵੱਲੋਂ ਉਹਨਾਂ ਨੂੰ ਸਿੱਖੀ ਦੀ ਜਿਹੜੀ ਇੱਕ ਦਾਤ ਦਿੱਤੀ ਗਈ ਹੈ, ਸਿੱਖੀ ਦਾ ਉਹਨਾਂ ਨੂੰ ਉਹਨਾਂ ਦੇ ਅੰਦਰ ਜਿਹੜਾ ਘੁੱਟ ਘੁੱਟ ਕੇ ਰੁਚੀ ਪੈਦਾ ਕੀਤੀ ਗਈ ਹੈ ਜਿਸ ਦੇ ਲਈ ਉਹਨਾਂ ਨੇ ਜੂੜਾ ਰੱਖਿਆ ਸੀ। ਤਾਂ ਜਦੋਂ ਕਿਤੇ ਪ੍ਰੋਗਰਾਮ 'ਤੇ ਜਾਂਦਾ ਸੀ ਤਾਂ ਉਸ ਸਮੇਂ ਵੀ ਉਹਨਾਂ ਦੀ ਜਿਹੜੀ ਮਾਤਾ ਜੀ ਸੀ ਉਹਨਾਂ ਦਾ ਜੂੜਾ ਕਰਦੀ ਹੁੰਦੀ। ਬਿਲਕੁਲ ਇਹ ਸਾਰੀਆਂ ਗੱਲਾਂ ਦੇਖੋ ਸੁਣਨ ਦੇ ਵਿੱਚ ਆਈਆਂ ਨੇ। ਅਸੀਂ ਵੀ ਮੀਡੀਆ ਰਾਹੀਂ ਜਾਂ ਉਹਨਾਂ ਦੇ ਜਿਹੜੀਆਂ ਇੰਟਰਵਿਊਜ਼ ਆ ਜਾਂ ਉਹਨਾਂ ਨੇ ਮੀਡੀਆ ਸੋਸ਼ਲ ਮੀਡੀਆ 'ਤੇ ਪਾਉਂਦੇ ਸੀ ਉਹਦੇ ਰਾਹੀਂ ਸੁਣਿਆ ਤਾਂ ਸਾਨੂੰ ਵੀ ਇਹ ਚੀਜ਼ ਬਹੁਤ ਚੰਗੀ ਲੱਗਦੀ ਸੀ। ਔਰ ਦੁਨੀਆ ਦੀ ਅਗਰ ਹਰੇਕ ਮਾਂ ਇਸ ਤਰ੍ਹਾਂ ਹੋਵੇ ਤਾਂ ਸਾਡਾ ਪੰਜਾਬ ਹੈ ਜਿਹੜਾ ਉਹ ਪਹਿਲਾਂ ਵਾਂਗੂ ਸਾਰਾ ਹੀ ਪੱਗਾਂ ਵਾਲਾ ਪੰਜਾਬ ਦੇਸੀ। ਬਿਲਕੁਲ ਇਹ ਸਰਦਾਰੀਆਂ ਟਰੱਸਟ ਦੇ ਨੁਮਾਇੰਦੇ ਨੇ ਜੋ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਦੇ ਮੌਕੇ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਇੱਕ ਦਸਤਾਰ ਕੈਂਪ ਲਗਾਉਣਗੇ ਜਿੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚਣ ਵਾਲੇ ਨੌਜਵਾਨਾਂ ਨੂੰ ਜਿੱਥੇ ਉਹਨਾਂ ਅਪੀਲ ਕੀਤੀ ਹੈ ਕਿ ਸਾਰੇ ਸਿਰਾਂ 'ਤੇ ਦਸਤਾਰਾਂ ਸਜਾ ਕੇ ਆਉਣ, ਜੇਕਰ ਕੋਈ ਨਹੀਂ ਵੀ ਸਿਰ 'ਤੇ ਦਸਤਾਰ ਸਜਾ ਕੇ ਆਊਗਾ ਤਾਂ ਉਹਨਾਂ ਨੂੰ ਅਨਾਜ ਮੰਡੀ ਦੇ ਵਿੱਚ ਹੀ ਉਹਨਾਂ ਦੀਆਂ ਸਿਰਾਂ 'ਤੇ ਦਸਤਾਰਾਂ ਸਜਾਈਆਂ ਜਾਣਗੀਆਂ। ਉਹਨਾਂ ਦਾ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਦਸਤਾਰ ਨੂੰ ਵਿਦੇਸ਼ਾਂ ਤੱਕ ਲੈ ਕੇ ਗਏ ਨੇ, ਦਸਤਾਰ ਨਾਲ ਉਹਨਾਂ ਨੇ ਸਰਦਾਰੀ ਕਾਇਮ ਰੱਖੀ ਆ ਤਾਂ ਉਹਨਾਂ ਦੀ ਅੰਤਿਮ ਅਰਦਾਸ ਦੇ ਮੌਕੇ ਵੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਹਰ ਨੌਜਵਾਨ ਉਹਨਾਂ ਦੀ ਜੋ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਵੇਗਾ ਉਹ ਸਿਰ 'ਤੇ ਦਸਤਾਰ ਸਜਾ ਕੇ ਆਉਣ। ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਵੀ ਇਹ ਅਪੀਲ ਕੀਤੀ ਗਈ ਹੈ ਕਿ ਉਸ ਦਿਨ ਹਰ ਕੋਈ ਆਪਣੇ ਸਿਰਾਂ 'ਤੇ ਦਸਤਾਰ ਸਜਾ ਕੇ ਆਵੇ। ਕੈਮਰਾ ਪਰਸਨ ਪਵਨ ਦੇ ਨਾਲ ਕੁਲਦੀਪ ਧਾਲੀਵਾਲ, 10 ਅਮਰ ਨਿਊਜ਼, ਮੂਸਾ, ਮਾਨਸਾ।